ਸਾਰੇ ਦਾ ਰਾਂਝਾ ਬਾਬੀਆਂ ਦੀ ਬੋਲੀ ਖਾ ਕੇ ਜੰਗਲ ਨੂੰ ਟੁਰ ਪਿਆ ਗੋਰਖਨਾਥ ਦੇ ਟਿੱਲੇ ਤੇ ਚਲਾ ਗਿਆ ਔਰ 12 ਸਾਲ ਆਪਣੇ ਗੁਰੂ ਦੀ ਖਿਦਮਤ ਕੀਤੀ 12 ਸਾਲ ਤੋਂ ਬਾਅਦ ਗੁਰੂ ਨੇ ਪੁੱਛਿਆ ਰਾਂਝਿਆ ਤੈਨੂੰ ਇੱਥੇ ਆਏ ਨੂੰ ਅੱਜ 12 ਸਾਲ ਹੋ ਗਏ ਨੇ ਪਰ ਆਪਣੇ ਆਉਣ ਦਾ ਮਕਸਦ ਨਹੀਂ ਦੱਸਿਆ ਰਾਂਝੇ ਦੀਆਂ ਅੱਖੀਆਂ ਦੇ ਵਿੱਚ ਅੱਥਰੂ ਜਾਰੀ ਹੋ ਗਏ ਆਖਿਆ ਸਰਕਾਰ ਬਾਬੀਆਂ ਨੇ ਮਿਹਰਾ ਮਾਰਿਆ ਸੀ ਕਿ ਜਦੋਂ ਹੀਰ ਦੀਆਂ ਪੱਕੀਆਂ ਖਾਏਗਾ ਉਦੋਂ ਵੇਖ ਲਵਾਂਗੇ ਮੈਂ ਸਿਰਫ ਇੱਥੇ ਹੀਰ ਲੱਭਣ ਵਾਸਤੇ ਆਇਆ ਗੁਰੂ ਨੇ ਆਖਿਆ ਹੀਰ ਐਦਾਂ ਨਹੀਂ ਲੱਭਣੀ ਆ ਤਨ ਮੈਂ ਦੱਸਾਂ ਹੀਰ ਕਿਵੇਂ ਲੱਭਣੀ ਹਲ ਕਰ ਦੇਵੇ ਮੁਸ਼ਕਿਲ ਸਭ ਦੀ ਹਲ ਕਰ